ਇਹੋ ਜਿਹਾ ਮੁੰਡਾ ਸਵੇਰੇ ਬਿਊਟੀ ਪਾਰਲਰ ਚ ਵੜੇ ਤੇ ਸ਼ਾਮ ਨੂੰ ਨਿਕਲੇ ਫਿਸ਼ਲ ਫੁਸ਼ਲ ਕਰਾ ਕੇ, ਨਵੇਂ ਕੱਪੜੇ ਟਾਈ ਸ਼ਾਈ ਲਾ ਕੇ, ਜੁੱਤੀ ਪਾ ਕੇ, ਪਰਫਿਊਮ ਲਾ ਕੇ ਦੋਸਤਾਂ ਚ ਆਏ ਨਾ, ਫਿਰ ਦੋਸਤ ਕਹਿਣ ਦੇ ਉਹ ਤੂੰ ਵਾਕਈ ਵਿਆਹ ਤੇ ਨੀ ਜਾਣਾ। ਅਸੀਂ ਚੌਧਰੀ ਆਦਮੀ ਆ, ਚਾਚਾ ਮੇਰਾ ਜਿਹੜਾ ਪਿੰਡ ਜਿਹੜਾ ਨਾ ਸੰਡਾ ਲੈ ਕੇ ਫਿਰਦਾ ਪਿੰਡਾਂ ਚ, ਹਾਂਜੀ ਸ਼ਫਾ ਦਿੰਦਾ ਮੱਝਾਂ ਨੂੰ। ਕਰਿਆਨੇ ਦੀ ਦੁਕਾਨ ਤੋਂ ਦੋ ਘਿਓ ਦੇ ਡੱਬੇ ਚੁੱਕ ਕੇ ਭੱਜ ਗਿਆ। ਅੱਛਾ, ਉਹਨਾਂ ਫੜ ਕੇ ਲੰਮੇ ਪਾ ਕੇ ਮਾਰਿਆ ਕੁੱਟਿਆ, ਕਹਿੰਦਾ ਮੈਂ ਚੋਰੀ ਥੋੜੀ ਕੀਤੀ, ਮੈਂ ਤੇ ਘਰ ਜਾ ਕੇ ਅੰਮੀ ਨੂੰ ਮਹਾਉਣਾ ਸੀ ਵੀ ਆ ਲੈ ਲੈਣਾ। ਮਸੀਤ ਦਾ ਸਪੀਕਰ ਚੋਰੀ ਕਰਕੇ ਤੇ ਜਾ ਰਹੇ ਆ, ਮੌਲਵੀ ਸਾਹਿਬ ਨੇ ਵੇਖ ਲਿਆ, ਕਹਿੰਦੇ ਉਹ ਕਿੱਧਰ, ਕਹਿੰਦਾ ਭਾਜੀ ਸਾਡੇ ਘਰ ਅਜ਼ਾਨ ਦੀ ਆਵਾਜ਼ ਨਹੀਂ ਆਉਂਦੀ। ਇੱਕ ਜੱਫੀ ਡਾਲ ਲੈ ਮਹਿਕ ਜੀ। ਚੱਲ ਨਹੀਂ, ਮੈਂ ਨਹੀਂ ਪਾਣੀ। ਕਿਉਂ ਨਹੀਂ? ਕਿਉਂ, ਕੀ ਹੋਇਆ? ਸ਼ਕਲ ਵੇਖੀ ਆਪਣੀ? ਜਾਣਦੇ ਮਹਿਕ, ਰੁਪਈਆ 8 ਲੱਖ ਤੇ, ਰੁਪਈਆ 8 ਲੱਖ ਤੇਰੇ ATM ਚ ਕਰਾਵਾਂ, ਤੂੰ ਮੈਨੂੰ ਇੰਜ ਚੱਟੇ ਜਿਵੇਂ ਮੱਝ ਕੱਟਾ ਚੱਟਦੀ। ਮੋਟੂ ਕੀ ਤੂੰ ਵੀ ਚੰਗਾ ਲੱਗਾ ਮੈਨੂੰ, ਭਾਵੇਂ ਤੇਰਾ ਢਿੱਡ ਐ ਜੇ ਜਿਵੇਂ ਹਰਾਮ ਦੇ ਪੈਸੇ ਦੀ ਦੇਖ ਪੱਕੀ ਹੋਵੇ। ਮੈਨੂੰ ਦੌਲਤ ਮਿਲੇਗੀ, ਮੈਨੂੰ ਪੈਸਾ ਮਿਲੇਗਾ, ਮੈਂ ਸਟਿੰਗ ਪੀਵਾਂਗਾ। ਯੇ ਕੌਣ ਹੈ? ਜਿਨਸੇ ਆਪਕੀ ਸ਼ਾਦੀ ਹੋਣੀ ਹੈ ਨਾ? ਅੱਛਾ ਅੱਛਾ, ਯੇ ਦੋਨੋਂ ਵਹੀ ਬੱਚੇ ਹੈਂ। ਆਪਣੇ ਵਿਆਹ ਤੈਨੂੰ ਪਹਿਲੀ ਸਲਾਮੀ ਪਈ, ਉਹਦੀ ਚੀਜ਼ ਲੈਣ ਚਲਾ ਗਿਆ। ਹਰਾਮ ਦਾ ਮਾਲ ਨਹਿਰ ਦੇ ਕਿਨਾਰੇ ਇੱਕ ਕੰਜਰ ਜਾ ਰਿਹਾ। ਅੱਛਾ, ਤੇ ਬੜਾ ਪ੍ਰਾਊਡ ਹੋ ਕੇ ਉਹਨੂੰ ਕਹਿੰਦਾ, ਓਏ ਕੰਜਰਾ, ਅੱਛਾ ਤੇਰੇ ਮੇਰੇ ਚ ਕੀ ਫਰਕ ਆ? ਉਹ ਕਹਿੰਦਾ ਸਿਰਫ ਨਹਿਰ ਦਾ। ਹੈਰਤ ਨੇ ਹਲੀਮ ਦੀ ਰੇਹੜੀ ਲਾਈ, ਮੈਂ ਕਿਹਾ ਕੀ ਬਚਿਆ, ਕਹਿੰਦਾ ਸ਼ੁਕਰ ਅੱਲਾ ਦਾ ਸਾਰਾ ਸੌਦਾ ਬਚ ਗਿਆ।
ਤੇਰੇ ਘਰ ਕੀ ਪੱਕਿਆ ਹੋਇਆ? ਕੀ ਪੱਕਿਆ? ਹੱਥ ਸਿੱਧਾ ਕਰ। ਹੈਲੋ ਅਗੜ ਬੀਟੀਆਂ ਜਗੜ ਬੀਟੀਆਂ ਦਗੜ ਦੀ ਦਗੜ ਦੀ ਦਾ ਮੁੱਠ ਬੰਦ ਕਰ। ਐ ਪੱਕਿਆ ਹੋਇਆ ਸੱਤਾਂ ਭਰਾਵਾਂ ਇਹਨਾਂ ਨੇ ਸਲਾਹ ਕੀਤੀ ਵੀ ਪੈਦਲ ਹੱਥ ਕਰੀਏ। ਸਾਈ ਵਾਲੇ ਨਾਲ ਕ੍ਰਾਸ ਕੀਤਾ, ਇਹਦਾ ਵੱਡਾ ਭਰਾ ਕਹਿੰਦਾ ਉਹ ਵੇਖੋ ਕਿਤੇ ਅੱਗੇ ਤੇ ਨੀ ਲੰਘ ਆਏ। ਨਹੀਂ ਨਹੀਂ ਮਾਨ ਨਾਲ ਮੈਂ ਬਜ ਨਹੀਂ ਸੀ ਰਿਹਾ, ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਵੱਜਣ ਨੱਸਣ ਨਾਲ ਬੰਦਾ ਚੌਕਸ ਰਹਿੰਦਾ। ਚਿੱਟਾ ਚੋਲਾ ਟਾਂਗੇ ਦੀਆਂ ਗੱਦੀਆਂ, ਚਿੱਟਾ ਚੋਲਾ ਟਾਂਗੇ ਦੀਆਂ ਗੱਦੀਆਂ, ਮੇਰੇ ਅੱਗੇ ਨਾ ਬੋਲ ਤੇਰੀਆਂ ਤਿੰਨ ਪੈਣਾ ਚਾਰ ਵਾਰੀ ਚਿੱਟਾ ਸੱਪ ਵਿਖਾ ਦੇਈਏ ਬੱਚੇ ਆ ਦਿਓ ਕਦਮ ਪਿੱਛੇ ਹੋ ਜਾਓ ਮੇਰੇ ਬੱਚੇ ਹੋ ਛੱਡੋ ਸੱਪ ਨੂੰ ਇੱਕ ਇੱਕ ਬੁਰਕੀ ਲਾ ਲਓ। ਇਹਨੇ 40,000 ਦਾ ਮੋਬਾਈਲ ਲਿਆ ਤੇ ਨਾਲ 25 ਰੁਪਏ ਦੀ ਕੈਂਚੀ ਲੈ ਲਈ, ਮੈਂ ਕਿਹਾ ਇਹ ਕੀ ਕਰਨੀ? ਕਹਿੰਦਾ ਕਿਤੇ ਕਾਲਾਂ ਕੱਟਣੀਆਂ ਵੀ ਪੈ ਜਾਂਦੀਆਂ। ਡੁੱਬ ਕੇ ਮਰਨ ਲੱਗਾ ਸੀ ਉਹ ਸਾਰੇ ਨਹਿਰ ਦੇ ਵਿੱਚ, ਤੂ ਪਾ ਸੁੱਟ ਕੇ ਨਾ ਆਉਂਦਾ, ਇਹਨੇ ਟਾਇਰ ਸੁੱਟ ਕੇ ਛਾਲ ਮਾਰਤੀ। ਮੇਰੇ ਮੋੜੇ ਦੱਸ ਰੱਖਣਾ ਹਾਲ ਵੇਖ ਲਾ, ਲਾਲਾ ਵਾਸਤੇ ਕੀ ਪਾਛਾ ਤੂੰ ਵੇਖ ਟਾਈਟਾਂ ਰੱਖ। ਪੇਂਡੂ ਭਾਈ ਜਰਾ ਤਰੱਕੀ ਨੀ ਕਰਦੇ, ਪਿੱਛੇ ਜਰਾ ਸਾਰੀ ਦੁਨੀਆ ਸਾਈਕਲਾਂ ਦੀਆਂ ਬ੍ਰੇਕਾਂ ਚਲਾਉਂਦੇ ਨੇ, ਪੇਂਡੂ ਟਾਇਰ ਦੇ ਵਿੱਚ ਪੈਰ ਫਸਾ ਕੇ ਲਾਉਂਦੇ। ਚਵਲੇ 50 ਕਰੋੜ ਰੁਪਈਆ ਹੀ, ਦੋਵੇਂ ਭਰਾ 25-25 ਕਰ ਲਾਂਗੇ। 25 ਕਰੋੜ ਰੁਪਏ ਮਿਲੇਗਾ ਮੈਨੂੰ? ਹਾਂ ਆਰਾਮ ਦੇ, ਮੇਰੇ ਕੋਲ ਖੋਜ ਲੈਣਾ। ਮੈਂ ਤੁਹਾਨੂੰ ਕੀ ਦੱਸਾਂ, ਵਾਹ ਬਈ ਵਾਹ, ਓਏ ਹੋਏ ਗਰਮੀ ਨੇ ਖੋਤਿਆਂ ਦਾ ਕੀ ਹਾਲ ਕਰ ਦਿੱਤਾ। ਇੰਨੀ ਲੰਮੀ ਜਨਾਨੀ ਹੋਵੇ ਤੇ ਉਹਦੀ ਔਲਾਦ ਨੀ ਖਰਾਬ ਹੋ ਸਕਦੀ, ਭਾਵੇਂ ਪਿਛਲੇ ਕਮਰੇ ਸੁੱਤੀ ਹੋਵੇ, ਬੱਚਾ ਬਾਹਰ ਜਾਣ ਲੱਗੇ ਚੱਲ ਵੇ ਅੰਦਰ ਚੱਲ। ਅੱਛਾ ਇੱਕ ਜਗ੍ਹਾ ਤੈਨੂੰ ਕਹਿੰਦਾ ਯਾਰ ਤੂੰ ਸਿੰਗਰ ਆਦਮੀ ਆ, ਤੂੰ ਕੋਈ ਗਾਣਾ ਗੁਣਾ ਗਾ ਸਕਦਾ? ਤੇ ਗਾਣਾ ਗੁਣਾ ਗਾ ਗੂ ਕੇ ਨਾ ਇਹਦੇ ਜ਼ਿਹਨ ਚੋਂ ਨਿਕਲ ਗਿਆ ਤੇ ਉਸੇ ਤਰ੍ਹਾਂ ਬਾਥਰੂਮ ਚ ਜਾ ਕੇ ਬਹਿ ਗਿਆ। ਹੁਣ ਬਾਥਰੂਮ ਚ ਬਹਿ ਕੇ ਗਾਣਾ ਵੀ ਉਸ ਹਿਸਾਬ ਦਾ ਸ਼ੁਰੂ ਕਰ ਲਿਆ, ਕਹਿੰਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਪਿੰਡ ਵਾਲੇ। ਉਹ ਪਿੰਡ ਵਾਲੇ ਤੁਹਾਡੀ ਬੜੀ ਮਿਹਰਬਾਨੀ, ਉਹ ਤੁਸੀਂ ਅੱਜ ਮੇਰੇ ਤੇ ਆਸਾਨ ਕੀਤਾ, ਖੁਦਾ ਦੀ ਕਸਮ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ, ਭਾਵੇਂ ਤੁਸੀਂ ਮੇਰਾ ਹਰਾਮ ਦਾ ਪੁੱਤਰ ਮਿਲਾ ਦਿੱਤਾ। ਕੂੜੇ ਵਿੱਚ ਪਿਆ ਸੀ ਚੰਮਿਆ ਜਦੋਂ ਸੀ, ਕੂੜੇ ਵਿੱਚ ਪਿਆ ਸੀ ਬਾਪੂ ਮੇਰੇ ਨੇ ਪਰਸ ਖਾ ਕੇ ਚੱਕ ਲਿਆ ਸੀ, ਓਏ ਹੋਏ ਹੋਏ ਚੱਕਣੇ ਤੋਂ ਬਾਅਦ ਉਹ ਹੱਥ ਧੋਂਦੇ ਰਹੇ, ਹੱਥ ਧੋਂਦੇ ਰਹੇ ਨਾਲੇ ਉਲਟੀਆਂ ਕਰਦੇ ਰਹੇ, ਜਿੱਥੇ ਇਹਨੂੰ ਪਾਇਆ ਉਹ ਬਿਸਤਰੇ ਧੋਂਦੇ ਰਹੇ, ਜਿਹੜਾ ਉੱਤੇ ਕੰਬਲ ਕੀਤਾ ਕੰਬਲ ਧੋਂਦੇ ਰਹੇ, ਚਮਕੇ ਇਹਦੀ ਮਾਈ ਇਹਨੂੰ ਸੁੱਟ ਗਈ ਇਹਦੇ ਪਿਓ ਦਾ ਵੀ ਜੇ ਅੱਜ ਤੱਕ ਪਤਾ ਲੱਗਿਆ। ਬੜੀਆਂ ਗੱਲਾਂ ਤੂੰ ਕਰਨਾ ਮਾਸਟਰ ਨੂੰ ਚੁੰਮੀਆਂ ਦੇ ਕੇ ਪਾਸ ਹੋਣ ਵਾਲੇ। ਇਹ
ਇਹ ਤਾਂ ਬਚਪਨ ਦੀ ਗੱਲ, ਇਹਨੂੰ ਕਿਵੇਂ ਪਤਾ? ਉਹ ਮੈਂ ਮਾਸਟਰ ਰਿਹਾ ਨਾ। ਆਪਣੀ ਬੀਵੀ ਨੂੰ ਲੈ ਗਿਆ ਡਾਕਟਰ ਕੋਲ, ਕਹਿੰਦਾ ਜਨਾਬ ਆ ਬੀਵੀ ਨੂੰ ਚੈੱਕ ਕਰਾਉਣਾ ਕਿੰਨੇ ਪੈਸੇ। ਡਾਕਟਰ ਸਿਆਣਾ ਸੀ, ਉਹ ਕਹਿੰਦਾ ਜਦੋਂ ਚੈੱਕ ਹੀ ਕਰਾਉਣਾ ਫੇਰ ਕਾਹਦੇ ਪੈਸੇ। ਮੇਰੀ ਬਾਤ ਸੁਣੀਏ, ਮੇਰੇ ਲਈ ਆਸਮਾਨ ਤੇ ਤਾਰੇ ਤੋੜ ਕੇ ਲਾ ਸਕਦੇ ਆ? ਉਹ ਮੈਨੂੰ ਕੋਈ ਅਮਰੂਦ ਨਹੀਂ ਤੋੜਨ ਦਿੰਦਾ। ਇਹ ਦੱਸ ਵੀ ਦੁਨੀਆਂ ਚ ਪਹਿਲੇ ਤੂੰ ਆਇਆ ਸੀ ਕਿ ਤੇਰਾ ਪਿਓ? ਮੇਰਾ ਪਿਓ ਹੈ। ਜਦੋਂ ਇੱਕ ਬਗੈਰਤ ਆ ਗਿਆ ਸੀ, ਤੇਰੀ ਕੀ ਲੋੜ ਆ? ਝਾੜੂ ਪਸਾ ਗਿਆ ਮੈਨੂੰ ਮੋਰ ਮੋਰ ਇਹਨੂੰ ਸ਼ਵਾਰਮਾ ਲੈ ਕੇ ਦਿੱਤਾ, ਚੂਪਣ ਲੱਗ ਪਏ ਆਪਣੇ ਮੈਡੀਕਲ ਸਟੋਰ ਦੇ ਕੇ ਬੈਠੇ ਹੁੰਦੇ, ਉਹਨਾਂ ਨੂੰ ਪੁੱਛੋ ਨਾ ਕੀ ਹੋਇਆ। ਉਹ ਯਾਰ ਸਾਰੀ ਰਾਤ ਭੰਗਦਾ ਰਿਹਾ, ਗਲਾ ਬਹਿ ਗਿਆ, ਦਵਾਈ ਲੈਣ ਆਇਆ। ਦੇਖੋ ਫਿਲਮ ਵੇਖਣ ਗਿਆ, ਫਿਲਮ ਦੇ ਵਿੱਚ ਸ਼ਾਲ ਤੇ ਮੋਮਰ ਵਾਲੀ ਲੜਾਈ ਹੋ ਰਹੀ, ਇਹਨੇ 105 ਤੇ ਫੋਨ ਕਰਤਾ। ਹੋਟਲ ਤੇ ਰੋਟੀ ਖਾਣ ਗਿਆ ਤੇ ਉਹਨਾਂ ਨੇ ਬਿੱਲ ਲਿਆਂਦਾ, ਬਿੱਲ ਵੇ ਕੇ ਕਹਿੰਦਾ ਇਹਦੀ ਆਖਰੀ ਡੇਟ ਕਿਹੜੀ ਹੈ? ਜਹਾਜ਼ ਦੇ ਵਿੱਚ ਬੈਠਾ, ਇੰਜ ਕਰਕੇ ਜਹਾਜ਼ ਉੱਡਿਆ, ਪਾਇਲਟ ਉੱਤੇ ਜਾ ਕੇ ਕਹਿੰਦਾ ਵੀ ਆਪਣੇ ਆਪਣੇ ਪੈਂਟ ਬੰਨ ਲਓ। ਉੱਠ ਕੇ ਕਹਿੰਦਾ ਮਾਂ ਦੀ ਸਲਵਾਰ ਪਾਈ ਆ।